ਬਵਾਸੀਰ ਅਤੇ ਕੈਂਸਰ ਦੇ ਬਹੁਤ ਸਾਰੇ ਸਿਮਟਮ ਆਪਸ 'ਚ ਮਿਲਦੇ ਆ ਅਤੇ ਬਵਾਸੀਰ ਲੋਕ ਕੀ ਸਮਝਦੇ ਆ ਕਿ ਜੇ ਮੈਨੂੰ ਖੂਨ ਆ ਰਿਹਾ ਤਾਂ ਮੈਨੂੰ ਬਵਾਸੀਰ ਹੀ ਹੋਈ ਹੈ ਪਰ ਐਸਾ ਜ਼ਰੂਰ ਨਹੀਂ ਹੈ ਕਈਆਂ ਨੂੰ ਕੈਂਸਰ ਵੀ ਹੁੰਦਾ ਤਾਂ ਇਸ ਕਰਕੇ ਜੇ ਤੁਸੀਂ ਆਪਣਾ ਡਾਇਗਨੋਸ ਕਰਾਉਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਸਕਦਾ ਕਿ ਤੁਹਾਨੂੰ ਬਵਾਸੀਰ ਹੈ ਕਿ ਕੈਂਸਰ ਹੈ ਔਰ ਮੰਨ ਲਓ ਕਿ ਤੁਹਾਨੂੰ ਕੈਂਸਰ ਹੈ ਔਰ ਅਰਲੀ ਸਟੇਜ 'ਚ ਪਤਾ ਲੱਗ ਜਾਂਦਾ ਤਾਂ ਉਹਦਾ ਇਲਾਜ ਹੋ ਸਕਦਾ ਪਰ ਜੇ ਤੁਹਾਨੂੰ ਐਡਵਾਂਸ ਸਟੇਜ 'ਚ ਪਤਾ ਲੱਗਦਾ ਉਦੋਂ ਤੱਕ ਤੁਸੀਂ ਕੁੜੀਆਂ ਖਾਂਦੇ ਰਹਿੰਦੇ ਹੋ ਉਧਰੋਂ ਉਧਰੋਂ ਦਵਾਈਆਂ ਖਾਂਦੇ ਰਹਿੰਦੇ ਹੋ ਡਾਇਗਨੋਸ ਨਹੀਂ ਹੁੰਦਾ ਤਾਂ ਬਿਮਾਰੀ ਅਗਲੀ ਸਟੇਜ 'ਚ ਚਲੀ ਜਾਂਦੀ ਹੈ ਔਰ ਫਿਰ ਗੰਭੀਰ ਰੂਪ ਧਾਰ ਕਰਦੀ ਹੈ ਜਿਹਦੇ ਨਾਲ ਬਹੁਤ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਿ ਕੋਈ ਜਾਂਦੀ ਹੈ ਤਾਂ ਉਹਨੂੰ ਰੈਡੀ ਤੇ ਮਾਰਦਾ ਮੌਜ ਚਲੀਏ ਜਾਂਦਾ ਕਿ ਰਜਿਸਟ੍ਰੇਸ਼ਨ ਹੈ ਕਿਰਪਾ ਕਰਕੇ ਸਟੇਜ ਕੋਲ ਆ ਕੇ ਕੰਨੀ ਗੁੱਤਾ ਜਨਮ ਦੋਸਤ ਬੰਦ ਨਹੀਂ ਹੋ ਗਿਆ ਹੁਣ ਕਿਰਪਾ ਕਰਕੇ ਥੋੜੀ ਜ਼ਿਆਦਾ ਚੱਲ ਰਹੇ ਦੋ ਮਿੰਟ ਲੱਗ ਦੋ ਮਿੰਟ ਲੱਗ ਤਾਂ ਇਸ ਤੋਂ ਬਾਅਦ ਇੱਕ ਗੱਲ ਹੋਰ ਛੋਟੀ ਜੀ ਪੇਸ਼ੈਂਟ ਦੇ ਰਿਵਿਊਜ਼ ਲੈਣੇ ਹੈ ਜਿਹੜਾ ਵੀ ਰਜਿਸਟ੍ਰੇਸ਼ਨ ਦਾ ਨੰਬਰ 1 ਤੋਂ 50 ਤੱਕ ਹੈ 1 ਤੋਂ 50 ਵਾਲਾ ਮਰੀਜ਼ ਬੈਠਾ ਇੱਥੇ ਤਾਂ ਨਹੀਂ 1 ਤੋਂ 50 ਵਾਲਾ ਤੁਸੀਂ ਆਪਣਾ ਫਾਈਲ ਲੈ ਲਈਏ ਠੀਕ ਹੈ ਜਿਹਨਾਂ ਨੇ 1 ਤੋਂ 50 ਤੱਕ ਦੇ ਮਰੀਜ਼ਾਂ ਨੇ ਫਾਈਲ ਨਹੀਂ ਲਈ ਜਾਂ 1 ਤੋਂ 100 ਤੱਕ ਹੀ ਲਾ ਜਿਹਨਾਂ ਨੇ 1 ਤੋਂ 100 ਤੱਕ ਫਾਈਲ ਨਹੀਂ ਬੜੇ ਹੋ ਬੱਚੇ ਪੜ੍ਹਦੇ ਜੀ ਨੇ ਅਤੇ ਤੁਸੀਂ ਅੱਜ ਇੱਥੇ ਓਪਰੇਸ਼ਨ ਵਾਸਤੇ ਪਹੁੰਚੋ ਤਾਂ ਤੁਹਾਨੂੰ ਇਹਦੇ 'ਚ ਕੀ ਜਾਣਕਾਰੀ ਹੈਗੀ ਹੈ ਕਿ ਇੱਥੇ ਕੀ ਫ੍ਰੀ ਹੈਗਾ ਵੀ ਓਪਰੇਸ਼ਨ ਵੀ ਫ੍ਰੀ ਹੈ ਅਤੇ ਇੱਥੇ ਸਾਰਾ ਟ੍ਰੀਟਮੈਂਟ ਦਵਾਈਆਂ ਵਗੈਰਾ ਸਾਰਾ ਕੁਛ ਫ੍ਰੀ ਹੈ ਕਿਹੜਾ ਪਿੰਡ ਹੈ ਜੀ ਆਪਣਾ ਅਤੇ ਤੁਹਾਨੂੰ ਰਾਣਾ ਬਾਬਾ ਸੀ ਹੋਸਪਿਟਲ ਦੇ ਬਾਰੇ ਪਹਿਲਾਂ ਜਾਣਕਾਰੀ ਹੈ ਕਿ ਇੱਥੇ ਵਧੀਆ ਟ੍ਰੀਟਮੈਂਟ ਹੁੰਦਾ ਹਰ ਤਰ੍ਹਾਂ ਦੀ ਸੰਤੁਸ਼ਟੀ ਹੈ ਤੁਹਾਨੂੰ ਤੁਸੀਂ ਇਹਨਾਂ ਦੇ ਟ੍ਰੀਟਮੈਂਟ ਤੋਂ ਸੰਤੁਸ਼ਟ ਹੋ ਮਰੀਜ਼ ਤਾਂ ਜੀ ਇੱਥੇ ਘੱਟ ਆਪਣੇ
अमरिंदर सिंह जलंधर को आए हुए हैं, कागज सिंह, भूषण सिंह, जिन्होंने पहला भाग लिया है, भूषण सिंह का एक और है। 260 छोटा साइड रोई साइड बहुत पीछे हो गए, अगली क्लास में जाएंगे।
ਪੇਸ਼ੈਂਟ ਤੋਂ ਬਾਈ ਕੰਮ ਕਰ ਰਹੇ ਹਾਂ ਠੀਕ ਹੈ ਸਰ ਤੁਹਾਨੂੰ ਪਹਿਲਾਂ ਤੋਂ ਸਾਹਮਣੇ ਦੋ ਤਿੰਨ ਮਾਰ ਲਈ ਸੀ ਹੋਰ ਵਿੱਚ ਨਾ ਵਿੱਚ ਦੋ ਤਿੰਨ ਇੱਕ ਕਰੀ ਦੇ ਦਿੰਦਾ ਹੋਰ ਵਿੱਚ ਨਾ ਪਾ ਦਿੰਦਾ ਠੀਕ ਹੈ ਟੈਂਸ਼ਨ ਆ ਗਈ ਆਪਾਂ 2000 ਰੁਪਏ ਸਭ ਗਿਆ ਮੈਂ ਇਸ ਲਈ ਬਸ
132 नंबर अंदर 132 नंबर अंदर हां जी मैडम
ਇੱਥੇ ਸਟੇਜ ਦਾ ਫੜਨਾ ਫ੍ਰੀ ਮੈਨੂੰ ਦਿੱਕਤ ਆਉਂਦੀ ਹੈ
ਪਿੱਛੇ ਲੱਗੇ ਨਾਲ 172 ਨੰਬਰ ਆ ਗਏ 172 ਬੈਠੋ ਤੁਸੀਂ ਦੇ ਬੈਠੋ ਖੜਨਾ ਮੈਂ181 ਇਹ ਜਿਹੜੇ ਪੇਸ਼ੈਂਟ ਹੈ ਗੇਟ ਤੇ ਚਲੇ ਜਾਣ ਜਿਹਦੇ ਨਾਮ ਮੈਂ ਬੋਲ ਰਿਹਾ 182 ਦੇਖੋ ਜੀ ਯਾਰ ਮੈਂ ਕਹਿੰਦਾ